ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਜੀ। ਅੱਜ ਆਪਾਂ ਲੈ ਗਏ ਹਾਂ ਬਲਾਂ ਵਾਲੀ ਬਲਾਂ ਵਾਲਾ ਪਰਨਾ, ਜਿਹਦੀ ਲੈਂਥ 2.5 ਮੀਟਰ ਹੈ। ਜਿਹੜਾ ਕੱਪੜਾ ਉਹ ਫੁੱਲ ਵੱਲ ਵਰਤਿਆ, ਜਿਹੜਾ ਤੁਸੀਂ ਨੇ ਪੈਣ ਲਗਾਉਣਾ ਹੈ, ਅੱਧਾ ਸਿਰ ਢੱਕ ਕੇ ਤੁਸੀਂ ਨੇ ਜਿਹੜਾ ਕਿ ਉਸ ਲੜ ਨੂੰ, ਜਿਹੜਾ ਤੁਹਾਡਾ ਇੱਕ ਲੜ ਹੋਊਗਾ, ਤੁਸੀਂ ਨੇ ਉਹਨੂੰ ਤਾਂ ਚੱਕ ਕੇ ਉਸ ਲੜ ਨੂੰ ਜਿਹੜਾ ਤੁਸੀਂ ਨੇ ਉਸ ਜਿਹੜਾ ਪੈਰਡ ਲਗਾਉਣਾ ਹੈ, ਉਸਨੂੰ ਤੁਸੀਂ ਟਾਈਟ ਕਰ ਲੈਣਾ ਉਸ ਲੜ ਦੇ ਅਕੋਰਡਿੰਗ। ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਪਾ ਲੈਣੇ ਹਨ। ਸਾਰੇ ਪਾਸੇ ਜਿਹੜੇ ਪਿੱਛੇ ਤੱਕ ਜਿਹੜੇ ਲੜ ਦੇ ਵਿੱਚ ਜਿਹੜੇ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ। ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ, ਉਸ ਦੀ ਜਿਹੜੀ ਪੂਣੀ ਹੋ ਉਸਨੂੰ ਚੰਗੀ ਤਰ੍ਹਾਂ ਖੋਲ੍ਹ ਕੇ, ਇੱਕ ਪੱਲਾ ਤਾਂ ਚੱਕ ਕੇ ਅਤੇ ਇੱਕ ਪੱਲਾ ਜਿਹੜਾ ਥੱਲੜ ਦਾ ਹੋ ਉਸਨੂੰ ਵੀ ਤਾਂ ਚੱਕ ਕੇ ਉਸਨੂੰ ਜਿਹੜਾ ਉਸੇ ਲੜ ਦੇ ਕੋਲੋਂ ਲਗਾ ਦੇਣਾ ਹੈ। ਉਸ ਲੜ ਦੇ ਜਿਹੜੇ ਬਲ ਨੇ ਉਹ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ। ਜਿਹੜੇ ਬਲ ਨੇ ਉਹ ਸਾਰੇ ਇਕੱਠੇ ਕਰਕੇ ਉਸ ਲੜ ਨੂੰ ਲਗਾ ਦੇਣਾ ਹੈ। ਇਸ ਲੜ ਦੇ ਵਿੱਚ ਵੀ ਐਨ ਪ੍ਰੋਪਰ ਬਲ ਪਾ ਲੈਣੇ ਹਨ। ਇਸ ਲੜ ਦੇ ਵਿੱਚ ਵੀ ਐਨ ਪਿੱਛੇ ਤੱਕ ਜਿਹੜੇ ਬਲ ਨੇ ਉਹ ਪਾ ਲੈਣੇ ਹਨ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਚੰਗੀ ਤਰ੍ਹਾਂ ਸਾਰੇ ਲੜਾਂ ਦੇ ਜਿਹੜੇ ਬਲ ਨੇ ਉਸ ਨੇ ਸੈੱਟ ਕਰ ਲੈਣੇ ਹਨ। ਜਿਹੜੇ ਵੀ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰਨ। ਜਿਹੜਾ ਸਾਡਾ ਫੇਸਬੁੱਕ ਪੇਜ ਆ ਉਸਨੂੰ ਫੋਲੋ ਜ਼ਰੂਰ ਕਰਨ। ਜਿਹੜਾ ਤੁਸੀਂ ਅਗਲਾ ਲੜ ਲਗਾਉਣਾ ਹੈ, ਤੁਸੀਂ ਉਸੇ ਤਰ੍ਹਾਂ ਉਸ ਲੜ ਨੂੰ ਉਸ ਤਰ੍ਹਾਂ ਲਗਾਉਣਾ ਹੈ। ਜਿਹੜਾ ਇੱਕ ਉੱਤਰੇ ਲੜ ਨੂੰ ਤਾਂ ਚੱਕ ਕੇ ਥੱਲੇ ਲੜ ਨੂੰ ਉੱਤੇ ਰੱਖ ਉੱਤਰੇ ਉੱਤੇ ਸੈੱਟ ਰੱਖ ਕੇ ਉਸ ਲੜ ਦੇ ਜਿਹੜੇ ਬਲ ਨੇਗੇ ਉਹ ਇਕੱਠੇ ਕਰ ਲੈਣੇ ਹਨ। ਚੰਗੀ ਤਰ੍ਹਾਂ ਬਲ ਇਕੱਠੇ ਕਰਕੇ ਉਸ ਲੜ ਨੂੰ ਵੀ ਲਗਾ ਦੇਣਾ ਹੈ। ਚੰਗੀ ਤਰ੍ਹਾਂ ਉਸ ਲੜ ਦੇ ਵਿੱਚ ਸਾਰੇ ਲੜਾਂ ਦੇ ਵਿੱਚ ਜਿਹੜੇ ਬਲ ਨੇ ਉਹ ਤੁਸੀਂ ਨੇ ਪਾ ਲੈਣੇ ਹਨ। ਜਿਹੜਾ ਤੁਸੀਂ ਸਿਰ ਢਕਣਾ ਹੈ, ਜਿਹੜਾ ਤੁਹਾਡਾ ਲੜ ਉੱਤੋਂ ਬਾਹਰ ਨਿਕਲਿਆ, ਤੁਸੀਂ ਉਸ ਲੜ ਨੂੰ ਜਿਹੜਾ ਖਿੱਚ ਕੇ ਉਸ ਲੜ ਦੇ ਥੱਲੇ ਦੇ ਦੇਣਾ ਹੈ। ਜਿਹੜਾ ਕਿ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ, ਉਸ ਲੜ ਦੀ ਪੂਣੀ ਖੋਲ੍ਹ ਕੇ ਇੱਕ ਪੱਲਾ ਉੱਤੇ ਚੱਕ ਕੇ ਅਤੇ ਨਾ ਜਿਹੜਾ ਤਲਾ ਪੱਲਾ ਉਸਨੂੰ ਉੱਤੇ ਰੱਖ ਕੇ ਉਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾਉਣਾ ਹੈ। ਉਸ ਲੜ ਨੂੰ ਜਿਹੜਾ ਅੱਗੇ ਤਾਂ ਤੋਂ ਫੋਲਡ ਕਰ ਲੈਣਾ ਹੈ। ਉਸ ਲੜ ਨੂੰ ਅੰਗੂਠੇ ਦੀ ਉਂਗਲੀ ਮਦਦ ਨਾਲ ਜਿਹੜਾ ਉਸ ਲੜ ਨੂੰ ਹਲਕਾ ਹੋਲਡ ਕਰ ਦੇਣਾ ਹੈ। ਉਸ ਲੜ ਨੂੰ ਫਿਰ ਖਿੱਚਣ ਤੋਂ ਬਾਅਦ ਇੱਗਰ ਸਾਰੇ ਲੜ ਨੂੰ ਸਾਫ਼ ਕਰ ਲੈਣਾ ਹੈ। ਸਾਫ਼ ਕਰਨ ਤੋਂ ਬਾਅਦ ਫਿਰ ਇੱਗਰ ਫੋਲਡ ਕਰ ਦੇਣਾ ਹੈ। ਫਿਰ ਉਸਨੂੰ ਇੱਗਰ ਹਲਕਾ ਫੋਲਡ ਕਰ ਲੈਣਾ ਹੈ। ਉਸ ਲੜ ਨੂੰ ਮਿਠਾਈ ਦੇ ਵਿੱਚ ਲੈ ਆਉਣਾ ਹੈ। ਇੱਗਰ ਤੋਂ ਫੋਲਡ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲੜ ਨੂੰ ਲਗਾ ਦੇਣਾ ਹੈ। ਜਿਹੜਾ ਤੁਹਾਡਾ ਬਾਕੀ ਲੜ ਰਹੇਗਾ ਤੁਸੀਂ ਉਸਨੂੰ ਪਿੱਛੇ ਦੇ ਸਕਦੇ ਹੋ। ਲੜ ਨੂੰ ਜਿਹੜਾ ਚੰਗੀ ਤਰ੍ਹਾਂ ਪਿੱਛੇ ਸਾਈਡ ਤੁਸੀਂ ਦੱਬ ਦੇਣਾ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ